सारे काम तो ना दोपहर होगी, जिन्ना मर्जी कर लो। ये ना कनका दे की हो गया, तड़की तड़के तभी खड़ी है। तभी भर दे दो, अभी मांज देनी है। सवेर दे चार बारी भांडे मांज ले, काम ही नहीं मुकदे। की करे के कल्ली हैगी है मैं घरे। ओ काम तो कर कर रहे, तू तो ना हुई सवेरे सवेरे पारा बधा लनी है। तन्नू किया तो हुन निकल जोंगे, तन्ने केड़ा घर दा कुछ पूछना। तेनू बड़ा सौखा लगता मेरे काम है, जाके देख ला तो उदन मेरी सांते काम ते पता लग जू कि सौखा है। चलो तो ठीक है, हुन तुसी कित्थे चले खेती होर ते उनू देता रो चुकना। गुजरी है ए बात पी रही है ज्यादा, तू मेन पता इसी करके खींचदी है। कर ही सकते रोटी तो फड़ा के जा सकते हो। कोई नहीं, मैं कह देना खा लूगा रोटी। किस्मत लिखती रब ने, भोगी जांदा बेचारा, दो रोटी ही खांदा, पाउंदा नहीं संतौंदा नहीं किसी गल नूं। चल ठीक है, तुसीं पा दो, पा दूंगी रोटी इहनूं मैं। यार चंगा नहीं लगता सहेली मैनूं तेरा उहदे नाल वर्तावा करना। मेरे तां मां ने जम्मे ना उहनूं, सगा भाई है मेरा। थापड़ा पत्ते कहां तोड़ी जाने रोटी खा ली तेरी भाभी तो तंग ना करी चंगा। तंग कर दे मैं पता, तू कुटू जे हम तंग करे। चल चंगा, खेत आ जी मेरे लिए, फिर रोटी खा के चंगा। हां चंगा जाना मैं। झाड़ू ला के हटी है। रोटी खानी है, मुंह कहते आ क्यों गंद पाता। चौड़ कर दू, हूं जवाक नहीं रहा तू। रोटी ਹੁਣ ਆਈ ਨਾ ਗਾ ਪਾਣ ਮੇਰੇ ਪਿੱਛੇ ਲੱਸੀ ਵੀ ਉਗੇ ਵਿੱਚ ਗੇ ਲਿਆ ਕੇ ਦਿੰਨੀ ਆ ਤੈਨੂੰ ਲੱਸੀ। ਪਹਿਲਾਂ ਤਾਂ ਆ ਝਾੜੂ ਲਾ ਲਾ ਮੈਂ ਜਿਹੜਾ ਗੰਦ ਪਾਇਆ ਇੱਥੇ। ਮੇਰੀ ਜਾਨ ਹੱਟ ਸੇ ਤੇ ਨੀ ਪੈਣੇ ਸ਼ੈਲੀ ਕਰੇ ਆ ਨੀ ਆ ਜਾ ਨੰਗਿਆ ਸ਼ੈਲੀ ਪਹਿਲੀ ਰੇ। ਹਾਂ ਦੱਸ ਰੇ, ਤੇਰੀ ਕੀ ਗੱਲ ਦੱਸ ਰੇ। ਦੱਸ ਕਿੱਥੇ ਬੋਲਾ ਜਾ ਟੱਕਰਿਆ, ਕੀ ਹੋ ਗਿਆ ਨੀ? ਇਹਨ ਤਾਂ ਮੇਰੇ ਦਿਲ ਦਾ ਦੌਰਾ ਹੀ ਪਾਤਾ ਸੀ। ਕਿਉਂ ਬਹਿਆ? ਦੱਸ ਖੜ ਜਾ ਬਹਿ। ਨੀ ਪੈਣੇ ਤੇ ਕੀ ਹੋ ਗਈ ਆ? ਇੱਕ ਤਾਂ ਮੈਂ ਤਾਂ ਹੀ ਆਂਦੀ ਤੁਹਾਡੇ ਘਰੇ ਤੇਰਾ ਪਤਾ ਲੈਣ, ਇਹ ਹੀ ਨਹੀਂ ਤੁਹਾਡਾ ਬੋਲਾ ਜਾ ਰਾਸ ਆਂਦਾ ਹੈਗਾ। ਨਹੀਂ ਕੀ ਕਰਾਂ, ਇਹਨੂੰ ਘਰੋਂ ਕੱਢਦਾ ਮੈਂ। ਦੇਖੀ ਮੈਂ ਜਿੱਬਾ ਕੱਢਣ ਲੱਗਿਆ ਪਿਆ। ਕਿੱਥੇ ਤੇਰੇ ਤਾਂ ਮਾੜੇ ਕਰਮ ਏ ਸੀ ਜਿਹੜਾ ਤੇਰੇ ਪੱਲੇ ਪੈ ਗਿਆ ਇਹ। ਨਹੀਂ ਕੀ ਦੱਸਾਂ, ਪਤਾ ਨਹੀਂ ਪਿਛਲੇ ਜਨਮ 'ਚ ਕਿਹੜਾ ਮਾੜਾ ਕਰਮ ਕਰਿਆ। ਤੂੰ ਤਾਂ ਡਰਾ ਕੇ ਰੱਖਤਾ। ਹੋਰ ਠੀਕ ਰਹਿੰਦੀ ਹੈ?
निके दा ठीक इत्ता घर दे काम ने निबड़दे उत्ते एक खंडारा खंडार नु मूरे इनू घरों बाहर क्यों नहीं कढ दंदे कानू दा इहदा क्लेश चक्केगा मैं की करा इहदा भरा नहीं छड्दा इहदा खेड़ा लै भैणी सोच लित्तर हुंदे नेगे तीमियां कोल तू कुछ भी कह दे कहदे इहदा देखी किहे जिहा इह चज करदा हैगा ना इहनू रहण दा पता ना इहनू खाण दा पता की करा इह तां दवाइयां ने खा लिया सानू ਹੁਣ ਦੇਖ ਲਾ ਘਰ ਸਾਰਾ ਨਾ ਖਰਾਬ ਹੋਇਆ ਪਿਆ ਆ ਟੈਣ ਵਾਲੀ ਹੋਈਆਂ ਪਈਆਂ ਨੇ ਛੱਤਾਂ ਘਰ ਦਾ ਕੰਮ ਵੀ ਨਹੀਂ ਕਰਾਇਆ ਜਾਂਦਾ ਫਿਰ ਤੈਨੂੰ ਤਾਂ ਹੀ ਤਾਂ ਕਹਿੰਦੀ ਹਾਂ ਮੈਂ ਨਹੀਂ ਭੈਣੇ ਛੱਡ ਇਹ ਗੱਲਾਂ ਨੂੰ ਤਾਂ ਤੂੰ ਐਂ ਦੱਸ ਤੈਨੂੰ ਕਿਹਾ ਸੀ ਕੋਈ ਕੰਮ ਵਾਲੀ ਪਤਾ ਕਰ ਦੇ ਗਹਾਰਾ ਲਗਵਾਉਣ ਨੂੰ ਕੰਮ ਵਾਲੀ ਤਾਂ ਮੈਂ ਪੁੱਛੀ ਸੀ ਭੈਣੇ ਪਰ ਉਹ ਵੀ ਜਵਾਬ ਦੇਗੀ ਇਹਦਾ ਤਾਂ ਸੁਣ ਕੇ ਨਹੀਂ ਹੁਣ ਦੱਸ ਫਿਰ ਮੈਂ ਕੀ ਕਰਾਂ ਕੰਮ ਵਾਲੀ ਵੀ ਨਹੀਂ ਲੱਭਦੀਆਂ ਕੀ ਕਰਾਂ ਇਹ ਕੰਜਰ ਕਰਕੇ ਕੋਈ ਘਰੇ ਵੀ ਨਹੀਂ ਵੜਦੀ ਤੈਨੂੰ ਤਾਂ ਔਖਾ ਹੈ ਭੈਣੇ ਬਹੁਤ ਜ਼ਿਆਦਾ ਇਹਦਾ ਕੋਈ ਕਰ ਦੇ ਹੱਲ ਨਹੀਂ ਕਿੱਥੇ ਕੱਢਾਂ ਇਹਨੂੰ ਮੈਂ ਕੰਜਰ ਨੂੰ ਦੇਖੀ ਤੂੰ ਆਪਣੇ ਘਰ ਵਾਲੀ ਨਾਲ ਗੱਲ ਕਰਕੇ ਦੇਖ ਕਹਿੰਦੇ ਮੇਰੇ ਤੋਂ ਨਹੀਂ ਹੋ ਰਹੇ ਚੱਲਿਆ ਜਾਂਦਾ ਹੈਗਾ ਕੀ ਚੱਜ ਕਰਦਾ ਉਹ ਆਪ ਮਨ ਜਾ ਗੇਰ ਲੈਂਦੇ ਨੇ ਜਦੋਂ ਉਹਨਾਂ ਕੋਲ ਕੋਈ ਗੱਲ ਕਰਾਂ ਮੈਂ ਇਹਦੇ ਬਾਰੇ ਇਹਨੂੰ ਕਿੱਥੇ ਪਾਗਲ ਪੁਗਲ ਖਾਨੇ ਭਰਤੀ ਕਰਾ ਦੇਣਾ ਪਰ ਤੇਰਾ ਸਿਆਪਾ ਗਾਣੂ ਲਾਹੂ ਇਹ ਭੈਣੇ ਪਾਗਲ ਖਾਨੇ ਵਾਲੀ ਕਢਾਈ ਰੱਖ ਲੈਂਦੇ ਉਹ ਤਾਂ ਆਪ ਪੈਸੇ ਭਾਲਦੇ ਨੇ ਲੈ ਭੈਣੇ ਸੌ ਚੱਜ ਹੁੰਦੇ ਨੇ ਬੁੜੀਆਂ ਕੋਲ ਤਾਂ ਤੂੰ ਇਹਨੂੰ ਕੱਢਣ ਦੀ ਘਰ ਵਸ ਕਰੋ ਹੋਰ ਤੇਰਾ ਸਿਆਪਾ ਗਲੋਂ ਲਹੂਗਾ ਮੇਰੇ ਤਾਂ ਕੁਛ ਨਹੀਂ ਸਮਝ ਚ ਆਉਂਦਾ ਕਿ ਮੈਂ ਬਾਹਰ ਮੰਗ ਮੁੰਗ ਕੇ ਖਾ ਲਿਆ ਕਰੂਗਾ ਬਥੇਰੇ ਮੰਗਦੇ ਫਿਰਦੇ ਨੇ ਉਈ ਭਾਰ ਬਣੀ ਖੜੇਗਾ ਤੇਰੇ ਘਰੇ ਮੈਂ ਤੈਨੂੰ ਇੱਕ ਸਕੀਮ ਦਿੰਦੀ ਹਾਂ ਤੂੰ ਧਿਆਨ ਨਾਲ ਸੁਣ ਆ ਕੰਨ ਕਰ ਇੱਧਰ ਚੱਲ ਚੰਗਾ ਭੈਣੇ ਮੈਂ ਤਾਂ ਜਾਂਦੀ ਹਾਂ ਘਰੇ ਮੈਂ ਤਾਂ ਬਥੇਰੇ ਕੰਮ ਨੇ ਮੈਂ ਤਾਂ ਤੇਰਾ ਦੁੱਖ ਸੁੱਖ ਪੁੱਛਣ ਆਈ ਸੀ ਨਾਲੇ ਹਾਂ ਉਹ ਗੁਹਾਰਾ ਲਾਉਣ ਆਉਂਦੀ ਨਹੀਂ ਹੈਗੀ ਮੈਂ ਤਾਂ ਦੱਸਤਾ ਜੇ ਤੈਨੂੰ ਲੱਭਦੀ ਆ ਹੋਰ ਕੋਈ ਪੁੱਛ ਲਈ ਕਿਸੇ ਨੂੰ ਭੈਣੇ ਚੱਲ ਭੈਣੇ ਮਾਰ ਜਾ ਗਰਗੇੜਾ ਕੱਲੀ ਤੂੰ ਹੀ ਤਾਂ ਹੈਗੀ ਆ ਹੁਣ ਚੰਗਾ ਕੋਈ ਤਾਂ ਵੜਦੀ ਨਹੀਂ ਘਰੇ ਆ ਕੇ ਕੰਜਰ ਦਾ ਕੋਈ ਨਾ ਕੋਈ ਹਿੱਲਾ ਤਾਂ ਕਰਨੀ ਪਊਗੀ ਡੰਮ ਦੀਆਂ ਲਿਆ ਕੇ ਪੈ ਜਾ ਟਿੱਕੇ ਹਜੇ ਕੰਮ ਕਰ ਲਾ ਮੈਂ ਗੱਲ ਤੇ ਠੀਕ ਹੀ ਕਹਿ ਗਈ ਆ ਕਿੰਨਾ ਕੁ ਟਾਈਮ ਇਹਦਾ ਭਾਰ ਚੁੱਕੂੰਗੀ ਸੱਤੇ ਮੈਂ ਹੋਰ ਨਹੀਂ ਹੁਣ ਬਹੁਤ ਟਾਈਮ ਹੋ ਗਿਆ ਮੈਥੋਂ ਨਹੀਂ ਚੱਲਿਆ ਜਾਂਦਾ ਹੁਣੇ ਤਾਂ ਦੇਖ ਕੇ ਚੀਚੀਆਂ ਚੜ੍ਹਦੀਆਂ ਨੇ ਹੁਣੇ ਨੂੰ ਅਜੇ ਵੀ ਨਹੀਂ ਹੈਗੇ ਪਰ ਸਮਾਂ ਵੀ ਠੀਕ ਹੈ ਐਂ ਕਰਦੀ ਹਾਂ ਅੱਜ ਫਿਰ ਕਰ ਹੀ ਦਿੰਦੀ ਹਾਂ ਜੋ ਕਰਨਾ ਦੇਖੀ ਜਾਊਗਾ ਜੋ ਹੋਊਗਾ ਸਿੱਪੇ ਸਿੱਪੇ ਚੱਲ ਐਂ ਕਰ ਉੱਠ ਕਿਉਂ ਭਾਬੀ ਤੂੰ ਕਹਿੰਦਾ ਸੀ ਨਾ ਮੈਂ ਟੋਫੀਆਂ ਲੈ ਕੇ ਆਣੀਆਂ ਨੇ ਆ ਜਾ ਤੈਨੂੰ ਫਿਰ ਟੋਫੀਆਂ ਦਵਾ ਕੇ ਲੈ ਕੇ ਆਵਾਂ ਉੱਠ ਉੱਠ ਚੱਲ ਛੇਤੀ ਬੱਚੀ ਹਾਂ ਹਾਂ ਤੈਨੂੰ ਪੈਕਟ ਲੈ ਕੇ ਆਊਗਾ ਪੂਰਾ ਹਾਂ ਦੋ ਪੈਕਟ ਦਵਾ ਦੋ ਤੂੰ ਉੱਠ ਚੱਲ ਚੱਲ ਨਾ ਕੁਰਕਰੇ ਵੀ ਦਵਾਉਂ ਚੱਲ ਆਜਾ ਆਜਾ ਇੱਕ ਮਿੰਟ ਖੜ ਜਾ ਮੈਂ ਮਾੜਾ ਦੇਖ ਲਾ ਕਿਤੇ ਕੋਈ ਵਾਰ ਹੋ ਗਿਆ ਕਿਤੇ ਕੋਈ ਹੋ ਗਿਆ ਆਜਾ 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 ਸਰ ਕਰ ਦਿੱਤੇ ਜਾਵਾਂਗੇ ਤੁਰ ਕੇ ਜਾਵਾਂਗੇ ਹੋਰ ਕਾਤੇ ਜਾਵਾਂਗੇ ਮੈਂ ਵੀ ਕਮਲੀ ਹਾਂ ਕਿੰਨਾ ਕੁ ਚਿਰ ਇਹਨੂੰ ਕਿੱਥੇ ਕੁ ਦੂਰ ਤੱਕ ਤੁਰੀ ਲੈ ਕੇ ਜਾਊਂਗੀ ਹਾਂ ਕਰਦੀ ਹਾਂ ਇਹਨੂੰ ਇੱਥੇ ਹੀ ਬਿਠਾ ਦਿੰਦੀ ਹਾਂ ਅੱਜ ਉੱਧਰ ਇੱਥੇ ਇੱਥੇ ਕੀ ਕਰਾਂਗੇ ਆਪਾਂ ਤੈਨੂੰ ਚੀਜ਼ੀ ਲਿਆ ਕੇ ਦਊਂਗੀ ਇੱਥੇ ਮੈਂ ਇੱਥੇ ਚੀਜ਼ੀ ਹਾਂ ਹਾਂ ਇੱਥੇ ਆ ਜਾ ਆ ਜਾ ਚੁੱਪ ਕਰਕੇ ਬਹਿ ਜੀ ਮੈਂ ਨਾ ਦੇਖ ਕੇ ਇਹਨੇ ਪੁੱਛ ਕੇ ਇਹਨੇ ਕਿੰਨੇ ਵਜੇ ਗੱਡੀ ਆਊਗੀ ਠੀਕ ਹੈ ਫਿਰ ਆਪਾਂ ਉਰੇ ਰੁਕਵਾ ਲਾਂਗੇ ਚੀਚੀਆਂ ਖਾ ਲਵਾਂਗੇ ਉਹ ਚੀਜ਼ੀਆਂ ਉਰੇ ਬਹਿ ਜੀ ਚੱਲ ਵਧੀਆ ਆਪਣੇ ਫਿਰ ਲੈਣਾ ਥੱਲੇ ਆ ਕੇ ਮਰ ਮੁੱਕ ਜਾਓ ਇਹਦੀ ਗਰਮੀ ਬਹੁਤ ਹੋ ਗਈ ਯਾਰ ਆਹ ਦਿਨਾਂ 'ਚ ਤਾਂ ਬੁਰਾ ਹਾਲ ਹੈ ਭੈਣ ਯਾਰ ਸੰਨੀ ਨੇ ਬਦਲੇ ਲੈ ਲਏ ਇਹ ਕਿਵੇਂ ਕੁੰਡਾ ਲੱਗਿਆ ਪਿਆ ਕਿੱਧਰ ਲੰਘੇ
ਇਹਨੇ ਤਾਂ ਨਹੀਂ ਵਗੀ ਪਤਾ ਇਹਨਾਂ ਵੀ ਉਹ ਭੋਲਾ ਬੰਦਾ ਘਰੇ ਸ਼ੀਪੇ ਹੋਏ ਹੈਂ ਸ਼ੀਪਾ ਵੀ ਨਹੀਂ ਹੈਗਾ ਘਰੇ ਇਹ ਕੰਜਰ ਦਾ ਕਿੱਧਰ ਵੱਗ ਗਿਆ ਵੀ ਗਿਲ ਕਹਿਣ ਵਾਲੇ ਵੀ ਇਹਦੀ ਰਾਖੀ ਰੱਖਿਆ ਕਰ ਹੁਣ ਕਿੱਥੋਂ ਲਿਆਉਂ ਭਾਲ ਕੇ ਉਹਨੂੰ ਮੈਂ ਚੱਲ ਆ ਜਾਣ ਦੇ ਪੁੱਛਦਾ ਨਾ ਮਾਂ ਪਹਿਲਾਂ ਤਾਂ ਯਾਰ ਅੱਗ ਵਰਗਾ ਪਾਣੀ ਦੇ ਕਿੱਥੇ ਬਹਿ ਗਈ ਸੀ ਤੂੰ ਮੈਂ ਨਾ ਪਾਲੀ ਘਰੇ ਗਈ ਸੀਗੀ ਓਏ ਉਹ ਤਾਂ ਠੀਕ ਹੈ ਯਾਰ ਆ ਸ਼ੀਪਾ ਵੀ ਨਹੀਂ ਹੈਗਾ ਘਰੇ ਕਿੱਧਰ ਲੰਘ ਗਿਆ ਸ਼ੀਪਾ ਹੋਰ ਮੈਂ ਤਾਂ ਘਰੇ ਛੱਡ ਕੇ ਗਈ ਸੀ ਉਹਨੂੰ ਓ ਯਾਰ ਆ ਅਸੀਂ ਜਾਣ ਕੇ ਲੀਆਂ ਬਹੁਤ ਕਰਦੀਆਂ ਸ਼ੈਲੀ ਤੋਂ ਤੂੰ ਆਪ ਸੋਚ ਹੁਣ ਮੈਂ ਸਾਰੇ ਪਿੰਡ 'ਚ ਕਿੱਥੇ ਭਾਲ ਉਹਨੂੰ ਪਹਿਲਾਂ ਜਿੰਨੀ ਗਿਲ ਘਰੋਂ ਗਿਆ ਮੇਰਾ ਸਾਰਾ ਸਾਰਾ ਦਿਨ ਲੰਘ ਗਿਆ ਤੁਹਾਨੂੰ ਭਾਲ ਦੇ ਦਾ ਮੈਂ ਕੁੰਡਾ ਤਾਂ ਲੱਗ ਗਈ ਸੀ ਬਾਹਰੋਂ ਪਤਾ ਨਹੀਂ ਕਿਵੇਂ ਖੁੱਲ ਗਿਆ ਬਾਹਰੋਂ ਕੁੰਡਾ ਯਾਰ ਤੈਨੂੰ ਪਤਾ ਤਾਂ ਹੈਗਾ ਉਹ ਕਿੱਡਾ ਇੱਲਤੀ ਹੈ ਖੋਲ ਲਿਆ ਹੋਣਾ ਬਾਂਹ ਬੂਹ ਪਾ ਕੇ ਹੁਣ ਦੱਸ ਮੈਂ ਕਿੱਥੇ ਭਾਲਣ ਜਾਊਂਗਾ ਯਾਰ ਹੋਰ ਹੀ ਪੰਗਾ ਛੇੜ ਤਾਂ ਮੈਂ ਤਾਂ ਨਹਾਉਣ ਲੱਗਦਾ ਜੀ ਕਿਤੇ ਕਹਿੰਦਾ ਸੀ ਮੈਂ ਖੇਤ ਜਾਊਂ ਤੁਹਾਡੇ ਪਿੱਛੇ ਕਿਤੇ ਖੇਤ ਤਾਂ ਨਹੀਂ ਵੱਗ ਗਿਆ ਕਾਹਨੂੰ ਖੇਤ ਤਾਂ ਕੋਈ ਨਹੀਂ ਆਇਆ ਹੁਣ ਮੈਂ ਬਾਹਰਲੇ ਘਰ ਵੀ ਜਾ ਕੇ ਆਉਂਦਾ ਹੋਇਆ ਉੱਥੇ ਹੀ ਦੇਖਿਆ ਹੁਣ ਮੈਨੂੰ ਕੀ ਪਤਾ ਕਿੱਥੇ ਵੱਗ ਗਿਆ ਤੁਹਾਨੂੰ ਪਤਾ ਤਾਂ ਹੈਗਾ ਆਪ ਹੀ ਘੁੰਮ ਫਿਰ ਕੇ ਆਜੂਗਾ ਤੁਸੀਂ ਬੈਠੇ ਹੋ ਕੋਈ ਨਹੀਂ ਚੱਲ ਕਾਹਨੂੰ ਮੈਂ ਦੇਖ ਹੀ ਆਵਾਂ ਯਾਰ ਉਹ ਤੁਸੀਂ ਬੈਠੇ ਸ਼ਾਮ ਤੱਕ ਆਪ ਹੀ ਆਜੂਗਾ ਉਹ ਨਹੀਂ ਯਾਰ ਤੈਨੂੰ ਪਤਾ ਸ਼ੈਲੀ ਕੀ ਪਤਾ ਹੁਣ ਉਹਦਾ ਦਿਮਾਗ ਨਹੀਂ ਹੋਰ ਨਹੀਂ ਵਿਚਾਰਦਾ ਕਿਸੇ ਸਾਧਨ ਮੂਹਰੇ ਆ ਗਿਆ ਮੈਂ ਕੀ ਕਰੂੰਗਾ ਮੈਂ ਦੇਖ ਕੇ ਆਉਣਾ ਹੁਣ ਤਾਂ ਐਸੀ ਰੋਟੀ ਬੰਦ ਖਾ ਜਾਂਦੇ ਨਹੀਂ ਚੰਗਾ ਲੱਗਦਾ ਯਾਰ ਮੈਨੂੰ ਜਖਣ ਦੇ ਜਾਣ ਤੋਂ ਬਾਅਦ ਵੀ ਨਾ ਦੁਖੀ ਕਰ ਲਿਆ ਇਹਨਾਂ ਨੂੰ ਦੱਸੋ ਮੈਂ ਕੀ ਕਹਾਂ ਕੀ ਨਹੀਂ ਆ ਜਾਣੀ ਚਲੋ ਦੱਸ ਫਿਰ ਤਾਂ ਸ਼ਾਮ ਹੋ ਗਈ ਹਲੇ ਤੱਕ ਨਹੀਂ ਆਏ ਪਤਾ ਨਹੀਂ ਕਿੱਥੇ ਭਾਲਦੇ ਫਿਰੀ ਜਾਂਦੇ ਨੇ ਕੋਈ ਨਹੀਂ ਭਾਲੀ ਜਾ ਉਹ ਕਿਹੜਾ ਮਿਲਣ ਲੱਗਿਆ ਤੁਹਾਨੂੰ ਜਿਹੜੇ ਤੇਰੇ ਨਹੀਂ ਛੱਡ ਕੇ ਆਈ ਸ਼ੈਲੀ ਯਾਰ ਮਿਲਿਆ ਨਹੀਂ ਕਿਤੇ ਤਾਂ ਸਾਰੇ ਪਿੰਡ 'ਚ ਦੇਖਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਵੀ ਤੂੰ ਉਹਦੀ ਧਿਆਨ ਰੱਖਿਆ ਕਰ ਯਾਰ ਦੱਸ ਹੁਣ ਮੈਂ ਸਾਰੇ ਟਾਈਮ ਉਹਦੇ ਕੋਲ ਹੀ ਬੈਠੀ ਰਿਹਾ ਕਰਾਂ ਓ ਯਾਰ ਮੈਨੂੰ ਤਾਂ ਸੋਚ ਲੱਗ ਰਹੀ ਹੈ ਯਾਰ ਹੁਣ ਆਪ ਹੀ ਆ ਜਾਊਗਾ ਓਏ ਆਪ ਹੀ ਆਉਣ ਵਾਲਾ ਹੁੰਦਾ ਫਿਰ ਮੈਨੂੰ ਕਾਹਦੀ ਸੋਚ ਕਰਨ ਦੀ ਲੋੜ ਤੀ ਆਪ ਹੀ ਤਾਂ ਉਹ ਆਉਂਦਾ ਨਹੀਂ ਮੈਨੂੰ ਤਾਂ ਫਿਕਰ ਲੱਗ ਰਹੀ ਹੈ ਕਿਸੇ ਸਾਧਨ ਮੂਹਰੇ ਨਾ ਆਜੇ ਹੋਰ ਨਾ ਪੰਗਾ ਹੋ ਜਾ ਤੁਸੀਂ ਬੋਲੀ ਜਾਂਦੇ ਹੋ ਆਪ ਹੀ ਆ ਜਾਊਗਾ ਉਹ ਮੈਂ ਦਰਵਾਜ਼ੇ 'ਚ ਵੀ ਦੇਖਿਆ ਅੱਗੇ ਵੀ ਰਿਹਾ ਉਹਨਾਂ ਉੱਥੇ ਤੱਕ ਉਸ 'ਤੇ ਪੈ ਜਾਂਦਾ ਸੀ ਵਿੰਚਟ ਉਹ ਕਹਿੰਦੇ ਅੱਜ ਤਾਂ ਤੜਕੇ ਦਾ ਨਹੀਂ ਉਰੇ ਆਇਆ ਹੈ ਉਹ ਯਾਰ ਤਾਂ ਸਿੱਪਾ ਬੈਠਾ ਉਹ ਸਿੱਪੇ ਓਏ ਭਗਤਾ ਤੂੰ ਕਿਉਂ ਬੈਠਾ ਉਰੇ ਫੋਨ ਕਿਹਦਾ ਆ ਗਿਆ ਹੈਲੋ ਹਾਂ ਬਾਈ ਹਾਂ ਬਾਈ ਉਹ ਕਿੱਥੇ ਆ ਤੂੰ ਯਾਰ ਮੈਂ ਘਰੀ ਸੀਗਾ ਬਾਈ ਓਏ ਪਤੰਦਰਾ ਤੁਹਾਡੇ ਵਾਲਾ ਸਿੱਪਾ ਦੇ ਆ ਗੱਡੀ ਲੈਣ ਲੱਗੇ ਬੈਠਾ ਆ ਉਹਦਾ ਧਿਆਨ ਰੱਖਿਆ ਕਰੋ ਯਾਰ ਬਾਈ ਕਿਹੜੇ ਸਟੇਸ਼ਨ ਦੇ ਬਾਈ ਸ਼ਾਜ ਲੈਣ ਤੇ ਓਏ ਹੋਰ ਯਾਰ ਇਹਦਾ ਵਿਚਾਰਾ ਸਿਧਰਾ ਤੂੰ ਸਾ ਧਿਆਨ ਰੱਖਿਆ ਕਰ ਮਾੜਾ ਆ ਜਾ ਮੈਂ ਕੋਲ ਖੜਿਆ ਉੱਥੇ ਆ ਗਿਆ ਬਾਈ ਆ ਗਿਆ ਆ ਜਾ ਆ ਜਾ ਆ ਦੇਖ ਲੈ ਸ਼ੈਲੀ ਸਟੇਸ਼ਨ ਤੇ ਫਿਰਦਾ ਸ਼ਾਜ ਲਈ ਵਾਲੇ ਤੇ ਕੌਣ ਲੈ ਗਿਆ ਉਹਨੂੰ ਯਾਰ ਮੈਂ ਲੈ ਕੇ ਆਉਣਾ ਉਹਨੂੰ ਖੜ ਜਾ ਇੱਕ ਜਨੇ ਤੇ ਪਾ ਲਿਆ ਦੱਸ ਇੱਡੀ ਦੂਰ ਛੱਡ ਕੇ ਆਈ ਸੀ ਪਤਾ ਨਹੀਂ ਕਿਹਨੇ ਫੋਨ ਕਰਕੇ ਦੱਸਤਾ ਮੇਰਾ ਵੀ ਛੋਟਾ ਭਾਈ ਆ ਯਾਰ ਉਹ ਬਾਈ ਤੂੰ ਇੱਥੇ ਕੀ ਲੈਣਾ ਕਹਿੰਦੀ ਬੋਲਿਆ ਮੈਂ ਤਾਂ ਖੇਤੋਂ ਆ ਰਿਹਾ ਸੀ ਯਾਰ ਇਹਨੂੰ ਕੱਲੇ ਨੂੰ ਬੈਠਾ ਦੇਖਿਆ ਯਾਰ ਮੈਂ ਤਾਂ ਤੈਨੂੰ ਫੋਨ ਲਾਵਾਂ ਯਾਰ ਵਧੀਆ ਕੀਤਾ ਬਾਈ ਯਾਰ ਮੈਂ ਤਾਂ ਸਾਰੇ ਪਿੰਡ 'ਚ ਭਾਲ ਲਿਆ ਕਿਤੇ ਨਹੀਂ ਮਿਲਿਆ ਇਹ ਤੂੰ ਉਰੇ ਕੀ ਕਰਨਾ ਮੈਂ ਥਾਪੜਾ ਮੈਨੂੰ ਬਾਈ ਮੈਨੂੰ ਇੱਥੇ ਭਾਬੀ ਝਟਕੀ ਕੀਤੀ ਕਹਿੰਦੀ ਕਹਿੰਦੀ ਉੱਧਰ ਗੱਡੀ ਆਊਗੀ ਚੀਜ਼ਾਂ ਲਿਆਵਾਂਗੇ ਆਪਾਂ ਇੱਥੋਂ ਤੂੰ ਗੱਡੀ ਬਾਈ ਘਰ ਚੱਲ ਕੇ ਜਾਊਗੀ ਆ ਜਾ ਘਰ ਚੱਲੀਏ ਘਰ ਚੱਲ ਆ ਜਾ ਬਾਈ ਇੱਥੋਂ ਚੀਜ਼ਾਂ ਲੱਗੀਆਂ ਚੱਲ ਕੋਈ ਨਹੀਂ ਚੀਜ਼ਾਂ ਆ ਜਾ ਤੇਰੇ ਕਰਮਾਂ ਨੂੰ ਇਹ ਆ ਗਿਆ ਬਚ ਗਿਆ ਤੂੰ ਆ ਜਾ ਮੇਰਾ ਭਾਈ ਕਮਲਾ ਤੈਨੂੰ ਪਤਾ ਜਦੋਂ ਦਾ ਤੂੰ ਗਹਿ ਕਰੋ ਮੇਰਾ ਬੁਰਾ ਹਾਲ ਹੋ ਗਿਆ ਸੀਗਾ ਬੋਲਾ ਭਾਈ ਮੇਰਾ ਬੈਠ ਇੱਥੇ ਬਹਿ ਜਾ ਕਿੱਥੇ ਮਿਲਿਆ ਫਿਰ ਸ਼ੈਲੀ ਤੂੰ ਤਾਂ ਬੋਲ ਹੀ ਨਾ ਕਿਉਂ ਡਰਾਮੇ ਕਰਦੀਆਂ ਜਿਵੇਂ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ
जब तेरे ढक्की पाप जग है ढिड च तेरे च भी देवते बंदे तू आ स्टेशन तो छड़े इन हाँ कितना है पाप मैंने कितना टाइम है बहुत नु सांभ भी जाऊंगे इन सांभदे सांभदे ना सारे पैसे लग गए उत्ते आ देख लो कल थोड़ा गिरन होया पिया पर शैली ये तो रब दिया मारा नहीं यार किस दे सारे ये कि सारे बेचारे दे जेदे सारे नहीं अपने तो सारे हैगा छोड़ दो इनू देख लो एक कर ज्यादा इरू चाहे मैरू एक ही कह रही है शैली गल तो समझ मेरी यार तो देखो समझन समझा हूं कुछ नहीं रहा जो कुछ देखना आप ही देख लो इदा रहना है मेरे ना रहना बस बहुत हो गया हूं सिपे छोटे भाई यार की करा मैं तेरा मैं मजबूर हो गया यार क्यों रब यह जो रोक लाता है जो जिंदगी दिता तो चज की तो दे दया करे कि वो घर घाटा कसे का हूँ ना मैं तेनू छड़ सकता तो ना मैं अपना घर खराब कर सकता की करा मैं तेरा करा यार हूँ मैं शैली भी आपकी थान से ठीक है उन्होंने भी नहीं घरों कट सकता पर अपने भरा भी मैं किसी के भरोसे की छड़ा यार मैं करदा सवेरे इन आश्रम ची भर्ती कराया जिते हूँ तक यदा खर्चा तोड़ता आया होर आज पर गलिया च नहीं रोलन दा भाई नू शैली मेरी की होया यार नाराज ना हो मैं सोचा तेरे बारे भी ते अपने भाई बारे भी देख जिते हूँ तक इन्ने खर्चे कर लेना तो उन्होंने ऐ ना घरों कड़ तड़के आप आश्रम छड़े उत्ते आप ही उसकी देख रेख करेंगे जो खर्चा होगा ना मैं भरे हूँ एक बार चलो जिमें थोने करना कर लो थोड़ी मर्जी है बस इनू घरों भेजो चल कोई नहीं तू ना करी जेड़ा दा कपड़ा लीड़ा है वो पा दी बैग च सवेरे होंगी आप बग चलेंगे चलो ठीक है तुम बैठो मैं रोटी बनानी थोड़े दिनों वास्ते आ फड़ इतने तेरे कपड़े ने मेरे कपड़े नवे कपड़े हाँ नवे कपड़े मेरे कपड़े नवे नवे कपड़े भाई मेरे सिपे छोटे भाई अज तेनू ना मैं तेरे नवे घर छड़ के आना अपा चला गए हाँ हाँ शहर च तेरे वास्ते घर देखे चल तेन मैं उत्थे छड़ के आना अज नो मैं नहीं जाता मैं तो इतनी रुक गया ना छोटे भाई जिन्ना मेरे सारे थी ना मैं तेनू रखे हूँ मैं मजबूर हाँ मेरी गल तो सुन उत्थे ना बहुत तेन खाने पीने सारा कुछ मिले करूगा देख मेरी गल तो सुन आ पैसे मैं दे के आऊँ उन्होंने तेन वधिया वधिया कपड़े दया करे वो नाले तेन चंगा खाण नू दया करे ना मेरा खड़ा गल तो सुन मैं तेरे मारे ना वो भीरे की गड्डी मंगी है चल नाले तेन गड्डी का झूठा देऊंगा जाना भी है लेट हुई जाने चल आया चली चलो आया छोटे भाई तू भी मेरे नाल रहेगा भाई हाँ मैं आया करूँगा मैं उत्थे गेड़ा मार के आया करूँगा आ जा कमला ना मन ने मानता नहीं भाई है मेरा चल बैठ तू गड्डी चला ले अब एक तरह भैया भैया बैठे बै बै उबरे साइड ते कर ला
यार कमाल की गल है इधर जाना तुम साइड ते कर लो गलती थोड़ी वाले बोल दो मेनू यार कमाल की गल पर कर मेनू तू पर कर मैं ठीक हां तेरे तेन लगी जा देख ला चली इनू कहती कहनी छे आश्रम च अज जो मेरा भाई मेरे नाल ना हों ना तो पता नहीं किनिया सत्ता मारते मेरे मैं माफ कर दो मैं पता चल गई परिवार की अहमियत अगे तो नहीं मैं कहती शैली वापस ले चलो बौला चाहे कामला आपदा भैन भाई आपदा ही होंगे जिथे मां जाए खड़ते ना जी अग चे वग जाते हैं बगाना कोई नहीं आता तुसी पता नहीं क्यों लोगों की चक चा के भाइयों पाड़न का कम लग गया नहीं करना मैं पता मेरे भाई का बोला जरूर है पर एक खून आसी कुछ नहीं बचा छोटे भाई सत श्रीकाल जी दोस्तों तुहानू साडी कहानी किदां लगी कमेंट करके जरूर दस्यो ते नाले मेरा कमले का रोल किदां लग्या इहदे ते भी टिप्पणी जरूर करियो छोटिया छोटिया गल्लां सकियां भाइयां दे विच पाड़ पै जांदे ने जिहड़े जिंदगी भर लई इकट्ठे हुंदे जदकि सकियां तों वध कोई भी रिश्तेदारी हुंदी नहीं नेड़े दी जिथे बलती अग दे विच अग दा सका भैण भाई खड़ जूगा उत्थे किसी होर ने नहीं खड़ना नहीं खड़ सकदा सो दोस्तों रिश्तिआं नूं बचा के रखो आपदे भैण भाई नाल प्रेम प्यार रखो पैसा गरीबी यह सब कुछ आनी जानी चीज़ है सो जे वीडियो चंगी लगी शेयर जरूर करो बाकी रब भी खुश है साढ़े कणियां पैण लग गई जल्दी जल्दी कमेंट।